ਸਟੱਡੀ ਐਂਡ ਸੈਟਲ ਇਨ ਫਰਾਂਸ ਵਿਦ ਦ ਹੈਲਪ ਆਫ ਵਿਨੀਅਰ ਇੰਗਲਿਸ਼। ਅੱਜ ਫਰਾਂਸ ਦਾ ਵੀਜ਼ਾ ਆਇਆ ਜੀ ਸਾਡਾ ਅਭਿਸ਼ੇਕ ਗੁਪਤਾ ਦਾ ਜਗਰਾਓਂ ਤੋਂ। ਅਭਿਸ਼ੇਕ ਨੂੰ ਪੁੱਛਾਂ ਕਿ ਉਹਦਾ ਦਾ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਅਭਿਸ਼ੇਕ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਾਡੇ ਨਾਲ? ਤੁਹਾਡੇ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਰ ਸਾਡਾ। ਕਲੀਅਰ ਰਿਹਾ ਸਾਰਾ ਪ੍ਰੋਸੈਸ? ਯੈਸ, ਸਾਰਾ ਕੁਝ, ਸਾਰੀ ਕਮਿਊਨੀਕੇਸ਼ਨ ਬਹੁਤ ਕਲੀਅਰ ਰਹੀ ਤੇ ਆਪਣੀ। ਗ੍ਰੇਟ। ਐਂਡ ਜਿਸ ਤਰ੍ਹਾਂ ਤੁਸੀਂ ਅੱਗੇ ਦੋ ਤਿੰਨ ਜਗ੍ਹਾ ਗਏ ਸੀ ਔਰ ਅਸੀਂ ਸਾਰੇ ਪੈਸੇ ਤੁਹਾਡੇ ਤੋਂ ਬਾਅਦ 'ਚੋਂ ਲਿੱਤੇ ਆਪਣੇ ਕੰਸਲਟੈਂਸੀ ਚਾਰਜਿਸ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਜਿਵੇਂ ਮੈਂ ਬਾਕੀ ਕੰਸਲਟੈਂਸੀ ਵੀ ਗਿਆ ਸੀ, ਉਹਨਾਂ ਦੇ ਚਾਰਜਿਸ ਕਾਫੀ ਹਾਈ ਸੀ ਅਤੇ ਉਹ ਪਹਿਲਾਂ ਡਿਮਾਂਡ ਕਰ ਰਹੇ ਸੀਗੇ ਸਾਰੇ ਚਾਰਜਿਸ ਵੀਜ਼ਾ ਤੋਂ ਪਹਿਲਾਂ, ਬਟ ਸਰ ਦੀ ਸਾਰੀ ਕੰਸਲਟੈਂਸੀ ਤੋਂ ਅਤੇ ਸਾਡੇ ਵੀਜ਼ੇ ਤੋਂ ਬਾਅਦ ਸਾਰੀ ਫੀਸ ਉਹਨਾਂ ਨੇ ਚਾਰਜ ਕੀਤੀ ਹੈ। ਕੁਛ ਵੀ ਇੱਦਾਂ ਨਹੀਂ ਕਿ ਆਫਰ ਲੈਟਰ ਤੋਂ ਪਹਿਲਾਂ ਮੰਗ ਲਈ ਜਾਂ ਬਾਅਦ 'ਚ ਦਿੱਤੀ। ਸੋ ਸਾਰਾ ਬੜਾ ਹੀ ਸਾਡਾ, ਮੈਂ ਦਰਸ਼ਕਾਂ ਨੂੰ ਕਹੂੰਗਾ, ਕਲੀਅਰ ਸਿਸਟਮ ਹੈ। ਇੱਕ ਤੁਹਾਨੂੰ ਅਸੀਂ ਲਿਸਟ ਬਣਾ ਦਈਦੀ ਹੈ ਪ੍ਰੋਸੈਸ ਕੀ ਹੈਗਾ। ਸਾਡਾ ਸਾਰਾ ਫੋਕਸ ਵੀਜ਼ਾ 'ਤੇ ਹੁੰਦਾ ਕਿਉਂਕਿ ਅਸੀਂ ਆਪਣੀ ਕੰਸਲਟੈਂਸੀ ਚਾਰਜਿਸ ਵੀ ਵੀਜ਼ਾ ਤੋਂ ਬਾਅਦ ਚਾਰਜ ਕਰਦੇ ਹਾਂ। ਨੋਰਮਲੀ ਕੀ ਹੁੰਦਾ ਕਿ ਬਹੁਤ ਸਾਰੇ ਕੰਸਲਟੈਂਸੀਸ ਲੱਖ, ਸਵਾ ਲੱਖ, ਡੇਢ ਲੱਖ ਵੀਜ਼ਾ ਲੱਗਣ ਤੋਂ ਪਹਿਲਾਂ ਲੈ ਲੈਂਦੇ ਆ, ਬਟ ਅਸੀਂ ਇੱਦਾਂ ਨਹੀਂ ਕਰਦੇ। ਵੀ ਹੈਵ ਯੂ ਨੋ ਆਲ ਦਾ ਪੈਰਾਮੀਟਰਸ ਜਿੰਨੇ ਵੀ ਹੈਗੇ ਅਸੀਂ ਬਾਅਦ ਹੀ ਚਾਰਜ ਕਰਦੇ ਹਾਂ ਔਰ ਸਾਰੀਆਂ ਚੀਜ਼ਾਂ ਤੁਹਾਨੂੰ ਰਿਟਰਨ 'ਚ ਦਿੰਦੇ ਹਾਂ। ਕੋਈ ਵੀ ਅਨਕਲੀਅਰ ਨਹੀਂ ਹੁੰਦਾ, ਕਲੀਅਰ ਰਿਹਾ ਸਾਰਾ ਪ੍ਰੋਸੈਸ, ਕੋਈ ਗੇੜੇ ਨਹੀਂ ਬਚੇ। ਚਲੋ, ਮੈਨੀ ਮੈਨੀ ਕੰਗ੍ਰੈਚੁਲੇਸ਼ਨਸ, ਪਰਮਾਤਮਾ ਬਹੁਤ ਤਰੱਕੀਆਂ ਦੇਵੇ। ਜਿਹੜੇ ਵੀ ਸਟੂਡੈਂਟਸ ਬਾਹਰ ਜਾਣ ਦੇ ਚਾਹਵਾਨ ਨੇ ਐਬਰੋਡ ਦੇ ਵਿੱਚ, ਸਪੈਸੀਫਿਕਲੀ ਫਰਾਂਸ ਦੇ ਵਿੱਚ, ਡੂ ਵਿਜ਼ਿਟ ਅਸ। ਯੂ ਕੈਨ ਡਾਇਰੈਕਟਲੀ ਕਾਲ ਮੀ ਐਟ 7973160270। ਥੈਂਕ ਯੂ।